पंजाब न्यूज़ अपडेट वालों आप सब स्रोतियां नूं जी आयां नूं जेकर तुसी साडे चैनल नूं सबसक्राइब नहीं कीता चैनल नूं सबसक्राइब कर लो अते बैल आइकन ऑल ते क्लिक कर लो जिस नाल साडी अपडेट सब तो पहला तुहाडे तक पहुँच सके। किसानां दी भलाई लई पंजाब सरकार एक होर वड्डा फैसला वधेगी आमदन दे स्रोत। चंडीगढ़ अनुसूचित जाति वर्ग नाल संबंधित किसानां दी आमदन दे स्रोत विच वाधा करन अते उहनां दे डेयरी फार्मिंग दा धन्ना वधाउण लई उत्साहित करन वास्ते मुख्यमंत्री भगवंत मान दी अगवाई वाल पंजाब सरकार वल्लों अनुसूचित जाति दे उद्यमी उम्मीदवार ने डेयरी फिशिंग फार्मिंग बारे मुफ्त सप्लाई देने का फैसला किया गया है। इस संबंधी जानकारी दिंदे पंजाब दे पशु पालन डेयरी विकास अते मच्छी पालन मंत्री गुरमीत सिंह खड्डिया ने दस्या कि पंजाब डेयरी विकास बोर्ड वल्लों अनुसूचित जाति किसान नूं मुफ्त डेयरी सिखलाई देने का इलवा सिखलाई दौरान 350 रुपये प्रतिदिन वजीफा दिता जाएगा। टाडा च दिन दिहाड़े वड्डी वारदात नकाब पोश लुटेरिया ने दुकानदार ਤੋਂ ਲੁੱਟੀ ਲੱਖਾਂ ਦੀ ਨਦਕੀ। ਉੜਮੁੜ ਟਾੜਾ ਵਿਖੇ ਅੱਜ ਸਵੇਰੇ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਅੱਜ ਵੈਸਟਰਨ ਯੂਨੀਅਨ ਦੁਕਾਨ 'ਤੇ ਜਾ ਰਹੇ ਦੁਕਾਨਦਾਰ ਨਾਲ ਕੁੱਟਮਾਰ ਕਰਦੇ ਹੋਏ ਉਸ ਕੋਲੋਂ 430,000 ਰੁਪਏ ਦੀ ਲੁੱਟ ਲਈ। ਵਾਰਦਾਤ ਸਵੇਰੇ 8:15 ਕਰੀਬ ਉਸ ਵੇਲੇ ਵਾਪਰੀ ਜਦੋਂ ਅੱਡਾ ਸਰਾ ਸਥਿਤ ਆਪਣੀ ਦੁਕਾਨ ਸ਼ਿਵਾ ਮੋਬਾਈਲ ਜ਼ੋਨ ਅਤੇ ਜਾ ਰਹੇ ਦੁਕਾਨਦਾਰ ਜਗਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਕੰਧਾਲਾ ਜੱਟ ਉਸ ਨੂੰ ਉਸ ਦੇ ਘਰ ਤੋਂ ਮਹਿਜ 500 ਮੀਟਰ ਦੂਰ ਹੁਸ਼ਿਆਰਪੁਰ ਨੇੜੇ ਸੜਕ 'ਤੇ ਪਹੁੰਚਿਆ ਹੀ ਸੀ। ਇਹਨੇ ਨੂੰ ਘਾਤ ਲਗਾ ਕੇ ਮੌਜੂਦ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਹਦੇ ਹੱਥ ਵਿੱਚ ਲੱਕੜ ਦੇ ਸੋਟੇ ਅਤੇ ਦਾਤ ਨਾਲ ਲੁਟੇਰੇ ਜਗਜੀਤ ਸਿੰਘ ਕੁੱਟਮਾਰ ਕਰਦੇ ਹੋਏ ਉਸ ਕੋਲ ਬੈਗ ਖੋ ਕੇ ਢੱਲਾ ਵੱਲ ਨੂੰ ਫਰਾਰ ਹੋ ਗਏ। ਬੈਗ ਵਿੱਚ ਲਗਭਗ 430,000 ਰੁਪਏ ਅਤੇ ਦਸਤਾਵੇਜ਼ ਸਨ। ਸੂਚਨਾ ਮਿਲੀ ਹੈ ਅਤੇ ਅੱਡਾ ਸਾਰਾ ਚੌਂਕੀ ਇੰਚਾਰਜ ਕੁਮਾਰ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਟਾਡਾ ਪੁਲਿਸ ਨੇ ਜਗਜੀਤ ਸਿੰਘ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਵੀਡੀਓ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ।